300 यूनिट के करीब बिजली वरतते हो तो थोड़ा 200 रुपया बच जूगा। सो ओदा तुसीं वेख लो FD करानी है गड्डी लैनी है कि प्लाट लैना। ਕਰਨ 300 ਦਾ ਅਸੀਂ ਪਲਾਟ ਲੈ ਕੇ ਤਾਂ ਕੀ ਕਰਨਾ ਇਹ ਕਹਿ ਸਕਦੇ ਚੀਕੂ ਤੇ ਸੀਤਾਫਲ ਦੇ ਨਾਲ ਆਪਾਂ ਸਾਰ ਸਕਦੇ ਆ। ਤੁਸੀਂ ਦੇਖ ਰਹੇ ਹੋ ਲਿਬਰਲ ਟੀਵੀ ਪੰਜਾਬੀ, ਲੋਕਾਂ ਦੀ ਆਵਾਜ਼ ਲੋਕਾਂ ਲਈ, ਤੇ ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਕੌਰ ਸੰਗਾ। ਸਮੁੰਦੇ ਅੱਜ ਦੇ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਰੂਬਰੂ ਹੋਇਆ, ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਮੇਰੇ ਨਾਲ ਹੋਣਗੇ ਮੇਰੇ ਸਹਿਯੋਗੀ ਕਰਨ ਹਾਂਡਾ। ਸੋ ਬਹੁਤ ਬਹੁਤ ਸਵਾਗਤ ਹੈ ਕਰਨ ਤੁਹਾਡਾ। ਸ਼ੁਕਰੀਆ। ਕਰਨ, ਅੱਜ ਕਹਿ ਰਹੇ ਆ ਕਿ ਪੰਜਾਬ ਸਰਕਾਰ ਨੇ ਬਿਜਲੀ ਦੇ ਰੇਟ ਘਟਾਤੇ ਨੇ, ਪਰ ਲੋਕੀ ਕਹਿੰਦੇ ਨੇ ਕਿ ਇੰਨਾ ਵੀ ਕਾਹਤੇ ਘਟਾਇਆ। ਬਾਕੀ ਸੁਖਬੀਰ ਬਾਦਲ ਦੇ ਵੱਲੋਂ ਪੂਰੀ ਕਸਰ ਕੱਢੀ ਗਈ ਆ, ਉਹਨਾਂ ਨੇ ਜਵਾਬ ਦਿੱਤਾ ਕਿ ਇਹ ਬਿਜਲੀ ਦੇ ਰੇਟ ਜੋ ਘਟਾਏ ਨੇ ਇਹ ਫਰੋਡ ਜਿਹੜਾ ਲੋਕਾਂ ਦੇ ਨਾਲ ਕੀਤਾ ਜਾ ਰਿਹਾ, ਤੁਸੀਂ ਕਿੰਝ ਵੇਖਦੇ ਹੋ? ਜੀ ਬਿਲਕੁਲ, ਫਰੋਡ ਕੀਤਾ ਜਾ ਰਿਹਾ ਕਿ ਨਹੀਂ ਕੀਤਾ ਜਾ ਰਿਹਾ, ਪਰ ਇੱਕ ਗੱਲ ਪੱਕੀ ਹੈ ਜਿਹੜੀ ਸੁਖਬੀਰ ਬਾਦਲ ਨੇ ਕਹੀ ਹੈ ਵੀ ਉਹ ਸੱਚ ਹੈ। ਉਹਨਾਂ ਦਾ ਕਹਿਣਾ ਵੀ ਹੈੱਡਲਾਈਨ ਬਣਾਉਣ ਵਾਸਤੇ ਇਹ ਕੰਮ ਕੀਤਾ ਗਿਆ, ਤੇ ਦੂਜੀ ਗੱਲ ਜਿਵੇਂ ਜਿਵੇਂ ਚੋਣਾਂ ਨੇੜੇ ਆਉਂਦੀਆਂ ਨੇ ਇਹ ਕੁਛ ਕੁ ਮੁੱਦੇ ਇਹ ਹਰੇ ਹੋ ਹੀ ਜਾਂਦੇ ਨੇ। ਬਿਜਲੀ ਦਾ ਰੇਟ ਘੱਟ ਕਰ ਦਿਓ, ਕਿਤੇ ਭੱਤੇ ਦੇ ਦਿਓ, ਕਿਤੇ ਕੀ ਕਰ ਦਿਓ, ਕਿਸਾਨਾਂ ਦੇ ਕਰਜ਼ਾ ਮਾਫ਼ ਕਰ ਦਿਓ, ਅਜਿਹੇ ਕੰਮ ਜਿਹੜੇ ਚੋਣਾਂ ਦੇ ਵਰੇ ਦੇ ਵਿੱਚ ਸਾਹਮਣੇ ਆਉਂਦੇ ਰਹਿੰਦੇ ਨੇ। ਪਰ ਜੇ ਆਪ ਜਿਹੜੀ ਹੁਣ ਨੋਟੀਫਿਕੇਸ਼ਨ ਆਈ ਹੈ ਜਿਹੜੀ PSPCL ਵੱਲੋਂ ਜਾਰੀ ਕੀਤੀ ਗਈ ਹੈ, ਜਿਸ ਦੇ ਮੁਤਾਬਿਕ ਰੇਟ ਘੱਟ ਹੋਏ ਨੇ, ਜੇ ਉਸ ਨੂੰ ਧਿਆਨ ਨਾਲ ਪੜ੍ਹੀਏ ਤਾਂ ਮੈਨੂੰ ਲੱਗਦਾ ਵਾਕਿਆ ਹੀ ਪੰਜਾਬ ਦੇ ਵਿੱਚ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਕਿਤੇ ਚਿੰਤਾ ਤਾਂ ਪੈ ਜਾਣੀ ਵੀ ਜਿੰਨੀ ਬਚਤ ਹੁਣ ਸਾਡੀ ਪੰਜਾਬ ਸਰਕਾਰ ਨੇ ਕਰਵਾਤੀ ਹੈ ਇਹਦਾ ਅਸੀਂ ਕਰੀਏ ਕਿ ਇੰਨੇ ਪੈਸੇ ਨੂੰ ਖਰਚਣ ਵਾਸਤੇ ਵੀ ਤਾਂ ਪਤਾ ਹੋਣਾ ਚਾਹੀਦਾ ਕੀ ਕਰੀਏ। ਕਈਆਂ ਨੇ ਹੁਣ FDਆਂ ਖੁਲਾ ਲੈਣੀਆਂ, ਕਈਆਂ ਨੇ ਗੱਡੀਆਂ ਲੈ ਲੈਣੀਆਂ, ਕਿਉਂਕਿ ਬਹੁਤ ਵੱਡਾ ਫਰਕ ਪੈ ਗਿਆ। ਜੇਕਰ ਤੁਹਾਡੇ ਘਰੇ 2 ਕਿਲੋਵਾਟ ਦਾ ਲੋਡ ਹੈ ਤੇ ਤੁਸੀਂ 200 ਯੂਨਿਟ ਦੀ ਖਪਤ ਕਰਦੇ ਹੋ ਤਾਂ ਤੁਹਾਡਾ ਬਿਜਲੀ ਦਾ ਰੇਟ ਘੱਟ ਗਿਆ 1 ਰੁਪਈਆ। ਪਰ ਜੇਕਰ ਤੁਸੀਂ ਕਿਤੇ 300 ਯੂਨਿਟ ਕਰ ਦਿੰਦੇ ਹੋ ਤਾਂ ਫਿਰ ਤੁਹਾਨੂੰ ਫਰਕ ਪੈਣਾ 50 ਪੈਸੇ ਦਾ, ਤੇ ਜੇ ਉਸ ਤੋਂ ਵੀ ਜ਼ਿਆਦਾ ਤਾਂ ਫਿਰ ਕਹਿੰਦੇ ਤੁਹਾਨੂੰ ਕੀ ਪਰਵਾਹ, ਤੁਸੀਂ ਤਾਂ ਇੰਨੀ ਬਿਜਲੀ ਵਰਤਦੇ ਹੋ। ਫਿਰ ਆਪਾਂ ਇਹ ਕਹਿ ਸਕਦੇ ਹਾਂ ਕਿ ਜੋ ਸੁਖਬੀਰ ਬਾਦਲ ਨੇ ਕਿਹਾ ਉਹ ਗੱਲ ਸਹੀ ਹੈ। ਜੀ ਬਿਲਕੁਲ, ਜੇ ਤੁਸੀਂ ਬੇਸਿਕ ਖਪਤ ਦੀ ਗੱਲ ਕਰਦੇ ਹੋ ਤਾਂ ਜੇ ਤੁਸੀਂ 300 ਯੂਨਿਟ ਦੇ ਕਰੀਬ ਬਿਜਲੀ ਵਰਤਦੇ ਹੋ ਤਾਂ ਤੁਹਾਡਾ 200 ਰੁਪਈਆ ਬਚ ਜੂਗਾ। ਸੋ ਉਹਦਾ ਤੁਸੀਂ ਵੇਖ ਲਓ, FD ਕਰਾਉਣੀ ਹੈ, ਗੱਡੀ ਲੈਣੀ ਹੈ ਕਿ ਪਲਾਟ ਲੈਣਾ ਚਾਹੀਦਾ। ਸੋ ਕਰਨ, 300 ਦਾ ਅਸੀਂ ਪਲਾਟ ਲੈ ਕੇ ਤਾਂ ਕੀ ਕਰਨਾ, ਇਹ ਕਹਿ ਸਕਦੇ ਚੀਕੂ ਤੇ ਸੀਤਾਫਲ ਦੇ ਨਾਲ ਆਪਾਂ ਸਾਰ ਸਕਦੇ ਹਾਂ। ਪਰ ਨਾਲ ਹੀ ਜੇ ਅਸੀਂ ਇਹ ਵੀ ਗੱਲ ਕਰ ਲਈਏ ਕਿ ਜਦੋਂ ਵੀ ਕੋਈ ਚੋਣਾਂ ਨੇੜੇ ਆਉਂਦੀਆਂ ਨੇ ਤੇ ਇਹਨਾਂ ਦੇ ਵੱਲੋਂ ਪੈਂਤੜਾ ਅਪਣਾਇਆ ਜਾਂਦਾ, ਇਹ ਕਹਿ ਸਕਦੇ ਹਾਂ ਪਹਿਲਾਂ ਬੀਬੀਆਂ ਦੇ ਆਪਾਂ ਜੋ ਬੱਸਾਂ ਦੇ ਵਿੱਚ ਕਿਰਾਏ ਉਹਨਾਂ ਨੇ ਮਾਫ਼ ਕਰਤੇ ਕਿ ਤੁਸੀਂ ਕਿਤੇ ਵੀ ਜਾਂਦੇ ਹੋ ਤੇ ਕਿਰਾਇਆ ਨਹੀਂ ਲੱਗੂਗਾ, ਦੂਜੇ ਪਾਸੇ ਹੁਣ ਬਿਜਲੀ ਦੇ ਰੇਟ ਘਟਾਏ ਤੇ ਨਾ ਦੇ ਬਰਾਬਰ ਅਸੀਂ ਕਹਿ ਸਕਦੇ ਹਾਂ ਵੀ ਉਹਨਾਂ ਨੇ ਘਟਾਏ ਨੇ। ਲੋਕਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਇਹਦੇ ਨਾਲ ਉਹ ਤੇ ਨਾ ਘਟਾਉਂਦੇ, ਸਿਰਫ ਇੱਕ ਤੁਹਾਡੇ ਵਾਲੀ ਉਹ ਗੱਲ ਸਹੀ ਹੈ ਜੋ ਅਸੀਂ ਕਹਿ ਸਕਦੇ ਹਾਂ ਕਿ ਜੋ ਸੁਖਬੀਰ ਬਾਦਲ ਦੇ ਵੱਲੋਂ ਵੀ ਕਿਹਾ ਉਹਨਾਂ ਦੀ ਵੀ ਗੱਲ ਸਹੀ ਲੱਗਦੀ ਹੈ ਕਿਤੇ ਨਾ ਕਿਤੇ, ਕਿਉਂਕਿ ਵਿਰੋਧੀ ਧਿਰ ਹਮੇਸ਼ਾ ਉਹਨਾਂ ਦੀ ਹਿੱਟ ਲਿਸਟ ਤੇ ਇਹ ਜਿਹੜਾ ਮੁੱਦਾ ਰਿਹਾ ਸੀਗਾ ਕਿ ਬਿਜਲੀ ਦੇ ਬਿੱਲਾਂ ਨੂੰ ਲੈ ਕੇ, ਪਰ ਹੁਣ ਜਿਹੜਾ ਕਿ ਸਰਕਾਰ ਦੇ ਵੱਲੋਂ ਫੈਸਲਾ ਕੀਤਾ, ਪਰ ਫਿਰ ਵੀ ਜਿਹੜਾ ਕਿ ਆਪਾਂ ਇਹੀ ਕਹਿ ਸਕਦੇ ਚਲੋ ਬੜਾ ਵੱਡਾ ਉਹਨਾਂ ਨੇ ਕੰਮ ਕਰਤਾ ਕਿ 1 ਰੁਪਏ ਬਿਜਲੀ ਦਾ ਰੇਟ ਜਿਹੜਾ ਘੱਟ ਕੀਤਾ। ਜੀ ਬਿਲਕੁਲ, ਇਹ ਤਾਂ ਹੁਣ ਪੰਜਾਬ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਅੱਜ ਹੁਣ ਚੋਣਾਂ ਨੇੜੇ ਆ ਗਈਆਂ ਨੇ ਤਾਂ ਕਰਕੇ ਇਹ ਕਹਿੰਦੇ ਆ ਵੀ ਅਸੀਂ ਰੇਟ ਘੱਟ ਕਰਤੇ। ਸਿਰਫ ਘੱਟ ਕਰਨ ਕਹਿ ਸਕੀਏ ਇਹੀ ਕਾਰਨ ਹੈ ਵੀ ਉਹਨਾਂ ਨੇ ਇਹ ਜਿਹੜਾ ਇੰਨਾ ਕੁ ਫੈਸਲਾ ਲਿਆ, ਨਹੀਂ ਤਾਂ ਬਚਤ ਤਾਂ ਆਪਣੇ ਸਾਹਮਣੇ ਹੀ ਹੈ ਵੀ ਕਿੰਨੀ ਕੁ ਹੋ ਰਹੀ ਹੈ। ਉਸ ਤੋਂ ਬਾਅਦ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਅੱਜ ਘੱਟ ਕਰਤੇ ਤੇ ਪਹਿਲਾਂ ਸਾਰੇ ਭਾਰਤ ਵਰਸ਼ ਦੇ ਵਿੱਚ ਪੰਜਾਬ ਇੱਕ ਅਜਿਹਾ ਸੂਬਾ ਜੋ ਕਿ ਸਭ ਤੋਂ ਮਹਿੰਗੀ ਬਿਜਲੀ ਲੈ ਰਿਹਾ। ਸੋ ਇਹ ਕਿੰਨੇ ਸਮੇਂ ਤੋਂ ਆਪਾਂ ਕਿੰਨੇ ਸਾਲਾਂ ਤੋਂ ਇਹ ਜਿਹੜਾ ਮੁੱਦਾ ਉੱਠਿਆ ਹੋਇਆ ਸੀ ਪਰ ਕਦੀ ਹੱਲ ਨਹੀਂ ਹੋਇਆ, ਕੀ ਹੁਣ ਲੋਕ ਭੁੱਲ ਜਾਣਗੇ ਵੀ ਅਸੀਂ ਇੰਨੇ ਸਾਲ ਕੀ ਰੇਟ ਦਿੱਤਾ ਬਿਜਲੀ ਦਾ, ਕਿ ਇਹ ਜਿਹੜਾ ਥੋੜਾ ਜਿਹਾ ਇਹਨਾਂ ਨੇ ਘਾਟਾ ਪਾਇਆ ਆਪਦੇ ਰੇਟਾਂ ਦੇ ਵਿੱਚ, ਇਸ ਨੂੰ ਵੇਖ ਕੇ ਲੋਕ ਵੋਟ ਕਰ ਦੇਣਗੇ? ਹੋ ਸਕਦਾ ਕਰ ਦੇਣ, ਕਿਉਂਕਿ ਸਰਕਾਰਾਂ ਜੇਕਰ ਕਿਸੇ ਉਹਨਾਂ ਦੀ ਨੀਤੀਆਂ ਦਾ ਕੋਈ ਉਹਨਾਂ ਨੂੰ ਫਾਇਦਾ ਮਿਲਦਾ ਤਾਂ ਹੀ ਉਹ ਨੀਤੀਆਂ ਲਾਗੂ ਕਰਦੀਆਂ ਨੇ। ਸੋ ਇਹ ਪਹਿਲੀ ਵਾਰ ਨਹੀਂ, ਵਾਰ ਵਾਰ ਕੀਤਾ ਜਾਂਦਾ। ਸੋ ਇਸਦਾ ਮਤਲਬ ਇਹ ਹੈ ਵੀ ਪੰਜਾਬ ਦੇ ਲੋਕ ਵੀ ਉਹੋ ਜਿਹੇ ਨੇ, ਉਹ ਵੀ ਵੇਖ ਲੈਂਦੇ ਨੇ ਵੀ ਅੱਛਾ ਘੱਟ ਕਰਤਾ ਵੋਟ ਪਾ ਦਈਏ, ਇਹਨਾਂ ਨੇ ਸਾਡਾ ਰੇਟ ਘੱਟ ਕਰਤਾ, ਇਹ ਨਹੀਂ ਵੇਖਦੇ ਵੀ ਅਸੀਂ ਕਿੰਨੇ ਸਾਲ ਪਹਿਲਾਂ ਕੀ ਰੇਟ ਭਰਿਆ। ਬਾਕੀ ਰਹੀ ਗੱਲ ਚੀਕੂ ਸੀਤਾਫਲਾਂ ਦੀ, ਤਾਂ ਉਹ ਤਾਂ ਅੱਜ ਕੱਲ੍ਹ ਪੰਜਾਬ ਦੇ ਵਿੱਚ ਜਿਹੜਾ ਕੀ ਹੈ ਕਾਫੀ ਜ਼ਿਆਦਾ, ਖਾਸ ਕਰਕੇ ਪਟਿਆਲੇ ਦੇ ਵਿੱਚ ਮੈਂ ਸੁਣਿਆ ਬਾਗਬਾਨੀ ਕੀਤੀ ਜਾ ਰਹੀ ਹੈ ਤੇ ਅੰਤਰਰਾਸ਼ਟਰੀ ਪੱਧਰ ਤੇ ਡਿਮਾਂਡ ਵੀ ਬਹੁਤ ਵੱਧ ਚੁੱਕੀ ਹੈ ਤੇ ਲੋਕਾਂ ਨੂੰ ਵੀ ਚੱਕ ਕੇ ਵੇਖਣਾ ਚਾਹੀਦਾ। ਬਿਲਕੁਲ ਕਰਨ, ਇਹੀ ਕਹਿ ਸਕਦੇ ਆ ਕਿ ਜੋ ਇਹਨਾਂ ਦੇ ਵੱਲੋਂ ਇਹ ਕੀਤਾ ਜਾ ਰਿਹਾ, ਆਪਾਂ ਕਹਿ ਲਈਏ ਪਹਿਲਾਂ ਬੱਸਾਂ ਦੇ ਰੇਟ ਘੱਟ ਕੀਤੇ, ਕਿਰਾਇਆਂ ਦੇ ਵੀ ਬੰਦ ਕਰਤੇ, ਦੂਜੇ ਹੁਣ ਇਹਨਾਂ ਦੇ ਵੱਲੋਂ ਬਿਜਲੀ ਇਹ ਘਟਾਈ, ਇਹ ਕਹਿ ਸਕਦੇ ਕਿ ਚੋਣਾਂ ਦੇ ਵਿੱਚ ਆਪਣੇ ਪੈਰ ਪੱਕੇ ਕਰਨ ਦੇ ਲਈ ਇਹ ਸਾਰਾ ਕੁਝ ਅਪਣਾਇਆ ਜਾ ਰਿਹਾ। ਤੇ ਦੂਜੇ ਪਾਸੇ ਅਸੀਂ ਜੇਕਰ ਬੇਅਦਬੀ ਮਾਮਲੇ ਨੂੰ ਲੈ ਕੇ ਗੱਲ ਕਰੀਏ ਤਾਂ SIT ਵੀ ਬਣਾਈਆਂ ਜਾਂਦੀਆਂ ਨੇ, ਪਰ ਅੱਜ ਤੱਕ ਜਿਹੜਾ ਕੋਈ ਹੱਲ ਨਹੀਂ ਨਿਕਲਿਆ, ਨਾ ਹੀ ਮੁੱਖ ਦੋਸ਼ੀ ਤੱਕ ਪਹੁੰਚਿਆ ਪਹੁੰਚਿਆ ਤੇ ਨਾਲ ਹੀ ਪਰ ਦੂਜੇ ਪਾਸੇ ਕਹਿੰਦੇ ਨੇ ਕਿ ਅਕਾਲੀਆਂ ਦਾ ਪਹਿਲਾਂ ਨਾਮ ਅੱਗੇ ਕੀਤਾ ਜਾਂਦਾ ਕਿ ਇਹਨਾਂ ਦੇ ਵੱਲੋਂ ਸਾਰਾ ਕੁਝ ਕਰਵਾਇਆ ਗਿਆ, ਪਰ ਅਕਾਲੀ ਦਲ ਦੇ ਵੱਲੋਂ ਇਹ ਬਿਆਨ ਦਿੱਤਾ ਜਾਂਦਾ ਕਿ ਜੇਕਰ ਕਿਸੇ ਦੇ ਕੋਲ ਸਬੂਤ ਹੈ ਤੇ ਸਾਡੇ ਸਾਹਮਣੇ ਪੇਸ਼ ਕਰਨ। ਫਿਰ ਜੇ ਵਾਕਈ ਕਿਸੇ ਦੇ ਕੋਲ ਸਬੂਤ ਹੈ, ਅਸੀਂ ਇਹ ਕਹਿ ਸਕਦੇ ਹਾਂ ਬੇਸ਼ੱਕ ਉਹਨਾਂ ਦਾ ਨਾਮ ਆਉਂਦਾ, ਜੇ ਕਿਸੇ ਕੋਲ ਸਬੂਤ ਹੈ ਤੇ ਇਹ ਜਿਹੜੇ ਮੀਡੀਆ ਦੇ ਰੂਬਰੂ ਹੋਣੇ ਚਾਹੀਦੇ ਨੇ।
ਤੁਸੀਂ ਕਿਹਾ ਵੀ ਅੱਜ ਤੱਕ ਮੁੱਖ ਦੋਸ਼ੀ ਤੱਕ ਪਹੁੰਚ ਨਹੀਂ ਪਾਏ, ਪਰ ਮੈਂ ਕੱਲ ਕਾਂਗਰਸੀ ਵਿਧਾਇਕ ਵੈਦ ਸਾਹਿਬ ਦਾ ਇੰਟਰਵਿਊ ਇੱਕ ਦੇਖ ਰਿਹਾ ਸੀ, ਜਿਸ ਦੇ ਵਿੱਚ ਉਹ ਕਹਿੰਦੇ ਨਜ਼ਰ ਆਏ ਵੀ ਜਿਹੜੇ ਦੋਸ਼ੀ ਸੀ ਉਹ ਤਾਂ ਅਸੀਂ ਕੇਸ ਵੇਲੇ ਦੇ ਉਹਨਾਂ ਦੇ ਨਾਮ ਜਿਹੜੇ ਨੇ ਜਨਤਕ ਕਰ ਦਿੱਤੇ, ਫਿਰ ਉਹਨਾਂ ਦੇ ਵਿੱਚੋਂ ਕਈਆਂ ਦੀਆਂ ਗ੍ਰਿਫਤਾਰੀਆਂ ਵੀ ਹੋਈਆਂ, ਫਿਰ ਇਹਨਾਂ ਨੇ ਉਹਨਾਂ ਨੂੰ ਛੁਡਵਾ ਵੀ ਲਿਆ। ਸੋ ਇਸ਼ਾਰਾ ਕੀਤਾ ਜਾ ਰਿਹਾ ਸੀ ਡੇਰਾ ਪ੍ਰੇਮੀਆਂ ਵੱਲ ਤੇ ਜਾਂ ਫਿਰ ਬਾਦਲ ਪਰਿਵਾਰ ਵੱਲ। ਸੋ ਅੱਜ ਤੱਕ ਇਹ ਜਿਹੜੇ ਦੋਸ਼ੀ ਨੇ ਇਹਨਾਂ ਦਾ ਨਾਮ ਵੀ ਹੁਣ FIR ਦੇ ਵਿੱਚ ਆਉਣਾ ਬੰਦ ਹੋ ਗਿਆ, ਕਾਰਨ ਕਿਉਂਕਿ ਇਹ ਰਲੀ ਮਿਲਵੀ ਖੇਡ ਹੈ। ਇੱਕ ਵਾਰੀ ਤੁਹਾਡੀ ਇੱਕ ਸਾਡੀ ਇਹ ਕਹਿ ਕੇ ਇਹਨਾਂ ਨੇ ਪੰਜਾਬ ਦੇ ਲੋਕਾਂ ਤੋਂ ਵੋਟਾਂ ਲੈ ਲੈਣੀਆਂ ਹੁੰਦੀਆਂ ਤੇ ਸੱਤਾ ਜਿਸ ਦੀ ਮਰਜ਼ੀ ਹੋਵੇ, ਰਾਜ ਇਹਨਾਂ ਦੋਵਾਂ ਪਾਰਟੀਆਂ ਦਾ ਹੀ ਹੁੰਦਾ। ਸੋ ਉਧਰ ਗੱਲ ਕਰੀਏ ਵੀ ਹੁਣ ਮੁੱਖ ਦੋਸ਼ੀ ਤੱਕ ਤਾਂ ਨਾ ਪਹੁੰਚੇ, ਪਰ ਇੱਕ ਦੋਸ਼ੀ ਇਹਨਾਂ ਨੇ ਜ਼ਰੂਰ ਫੜ ਲਿਆ। ਮੋਗੇ ਦੇ ਵਿੱਚ 25 ਤਰੀਕ ਨੂੰ ਬੇਅਦਬੀ ਦੀ ਇੱਕ ਘਟਨਾ ਸਾਹਮਣੇ ਆਈ ਸੀ, ਉਹਦਾ ਅੱਜ ਜਿਹੜਾ ਹੈ ਨਤੀਜਾ ਸਾਹਮਣੇ ਆਇਆ ਵੀ ਇੱਕ ਪਿੰਡ ਦੇ ਵਿੱਚ ਨੌਜਵਾਨ ਕਿਤੇ ਘੁੰਮ ਰਹੇ ਸੀ, ਉਹਨਾਂ ਨੇ ਅਚਾਨਕ ਇੱਕ ਸ਼ੱਕੀ ਵਿਅਕਤੀ ਵੇਖਿਆ ਜਿਸਨੇ ਕਿ ਦਾਰੂ ਪੀਤੀ ਹੋਈ ਸੀ, ਸ਼ਰਾਬੀ ਹਾਲਤ ਦੇ ਵਿੱਚ ਸੀ ਉਹ, ਤੇ ਉਸਦੇ ਕੋਲ ਇੱਕ ਥੈਲਾ ਸੀ ਜਿਸ ਦੇ ਵਿੱਚ 3 ਗੁਟਕਾ ਸਾਹਿਬ ਸੀ। ਉਸ ਨੂੰ ਫੜਿਆ ਗਿਆ, ਪੁੱਛ ਗਿੱਛ ਕੀਤੀ ਗਈ ਤਾਂ ਉਹ ਮੰਨ ਗਿਆ ਵੀ ਪਿਛਲੀਆਂ ਘਟਨਾਵਾਂ ਨੂੰ ਵੀ ਅੰਜਾਮ ਮੈਂ ਦਿੱਤਾ। ਹੁਣ ਉਸ ਨੂੰ ਪੁਲਿਸ ਲੈ ਗਈ ਹੈ, ਕਿੰਨੀ ਦੇਰ ਤੱਕ ਲੱਗਦੀ ਹੈ ਪੁਲਿਸ ਨੂੰ ਇੱਕ ਇਸ ਸ਼ੱਕੀ ਵਿਅਕਤੀ ਕੋਲੋਂ ਕਢਵਾਉਣ ਵਾਸਤੇ ਇਹ ਬਿਆਨ ਵੀ ਤੂੰ ਕਿਸ ਦੇ ਕਹਿਣ ਤੇ ਇਕਾਰਾ ਕੀਤਾ, ਇਹ ਦੇਖਣ ਲਾਇਕ ਹੋਵੇਗਾ। ਕਿਉਂਕਿ ਪਹਿਲਾਂ ਵੀ ਗ੍ਰਿਫਤਾਰੀਆਂ ਅਜਿਹੀਆਂ ਹੋਈਆਂ ਨੇ, ਪਰ ਉਹ ਮੁੱਖ ਦੋਸ਼ੀ ਦਾ ਨਾਂ ਜਿਹੜਾ ਹੈ ਕਦੀ ਵੀ ਜਨਤਕ ਨਹੀਂ ਹੁੰਦਾ, ਨਾ ਹੀ ਕੋਈ ਫੜਿਆ ਗਿਆ ਸ਼ਖਸ ਕਦੇ ਕਿਸੇ ਦਾ ਨਾਂ ਲੈਂਦਾ। ਜੇ ਲੈਂਦਾ ਤਾਂ ਫਿਰ ਪੁਲਿਸ ਪ੍ਰਸ਼ਾਸਨ ਜਿਹੜਾ ਉਸਨੂੰ ਜਨਤਕ ਨਹੀਂ ਕਰਦਾ। ਬਿਲਕੁਲ, ਕਰਨ ਇਹੀ ਕਹਿ ਸਕਦੇ ਆ ਕਿ ਬੇਅਦਬੀ ਜੇ ਹੁੰਦੀ ਵੀ ਹੈ ਕਿਤੇ, ਅਸੀਂ ਗੁਰਦੁਆਰਿਆਂ ਦੇ ਵਿੱਚ ਪਹਿਲਾਂ ਵੀ ਦੇਖਿਆ ਕਿ ਉਹਨਾਂ ਦੇ ਵੱਲੋਂ ਗੁਰਦੁਆਰੇ ਦੇ ਵੱਲੋਂ ਇਹ ਜਿਹੜੀ ਗੱਲ ਕਹੀ ਜਾਂਦੀ ਹੈ ਕਿ ਜਦੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਗੇ ਕੋਈ ਵੀ ਸ਼ੋਰਟ ਸਰਕਟ ਦਾ ਕੋਈ ਕਾਰਨ ਨਾ ਬਣੇ, ਇਸ ਲਈ ਪੱਖੇ ਨੇੜੇ ਨਹੀਂ ਲਾਉਣੇ ਚਾਹੀਦੇ, ਪਰ ਫਿਰ ਵੀ ਉੱਥੇ ਰੱਖੇ ਜਾਂਦੇ ਆ ਸਾਰਾ ਕੁਛ ਪਤਾ ਹੋਣ ਦੇ ਬਾਵਜੂਦ। ਪਰ ਦੂਜੇ ਪਾਸੇ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਿ ਬੇਅਦਬੀ ਦੇ ਮਾਮਲੇ ਸਾਹਮਣੇ ਆਉਂਦੇ ਨੇ, ਰੂੜੀ ਦੇ ਉੱਤੇ ਜਿਹੜੇ ਕਿ ਗੁਰੂ ਸਾਹਿਬ ਦੇ ਆਪਾਂ ਕਹਿ ਸਕਦੇ ਹਾਂ ਅੰਗ ਜਿਹੜੇ ਉੱਥੇ ਉਹਨਾਂ ਨੇ ਸੁੱਟੇ ਹੁੰਦੇ ਨੇ। ਸੋ ਬੜੀ ਇਹ ਮਾੜੀ ਗੱਲ ਹੈ ਸਾਡੇ ਪੰਜਾਬ ਦੇ ਲਈ ਵੀ, ਸਾਡੇ ਦੇਸ਼ ਦੇ ਲਈ ਵੀ, ਕਿ ਸਾਡੇ ਗੁਰੂ ਜਿਸ ਨੂੰ ਅਸੀਂ ਮੰਨਦੇ ਹਾਂ ਉਹਨਾਂ ਦੀ ਹੀ ਇੰਨੀ ਬੇਅਦਬੀ ਕੀਤੀ ਜਾ ਰਹੀ ਹੈ। ਪਰ ਹਲੇ ਤੱਕ ਇੰਨਾ ਲੰਮਾ ਸਮਾਂ ਹੋ ਗਿਆ, SIT ਤੇ SIT ਬਣਾਈ ਜਾਂਦੀ ਹੈ, ਪਰ ਕੋਈ ਵੀ ਦੋਸ਼ੀ ਨੂੰ ਜਿਹੜਾ ਕਿ ਸਾਹਮਣੇ ਨਹੀਂ ਲੈ ਕੇ ਆਏ, ਤੇ ਨਾ ਹੀ ਇਹਦੇ ਵਿੱਚ ਅਸੀਂ ਇਹ ਕਹਿ ਸਕਦੇ ਕਿ ਇਨਸਾਫ਼ ਜਿਹੜਾ ਲੋਕਾਂ ਨੂੰ ਮਿਲਿਆ ਜੋ ਸਿੱਖ ਸੰਗਤਾਂ ਨੇ। ਸੋ ਕਰਨ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੰਨੀ ਹੀ ਗੱਲਬਾਤ ਕਰਦੇ ਹਾਂ, ਤੇ ਅਗਲੀ ਵਾਰ ਅਸੀਂ ਫਿਰ ਰੂਬਰੂ ਹੋਵਾਂਗੇ ਨਵੇਂ ਮੁੱਦੇ ਤੇ ਗੱਲਬਾਤ ਕਰਨ ਦੇ ਲਈ। ਹੁਣ ਸਾਨੂੰ ਦਿਓ ਇਜਾਜ਼ਤ ਤੇ ਇਸੇ ਤਰ੍ਹਾਂ ਜੁੜੇ ਰਹੋ ਲਿਬਰਲ TV ਪੰਜਾਬੀ ਦੇ ਨਾਲ, ਲੋਕਾਂ ਦੀ ਆਵਾਜ਼ ਲੋਕਾਂ ਲਈ। ਲਿਬਰਲ TV ਪੰਜਾਬੀ।